अज असी बैठे जिला संगरूर दे पिंड दशमेश नगर डसका विखे जिथे के बाबा परमजीत सिंह भट्टी जी इत्थे इन्हां दा दवाखाना भी हैगा जिहड़ा कि हर एतवार नूं पहला बुधवार नूं भी खुला हुंदा सी दवाखाना ते हुण सिर्फ जिहड़ा एतवार नूं ही जिहड़ा दवाखाना खुला हुंदा है ते दूरों दूरों लोग जिहड़े दवाइयां लै के अपना आराम पाउंदे ने। बाबा परमजीत सिंह भट्टी जी ने पिछले महीने काफ़ी मेहनत करके एक ट्रस्ट खड़ा किया हैगा ता कि पंजाब दे लोकां दी इलाके दे लोकां दी सेवा की जा सके। असी साढ़े नाल बाबा परमजीत भट्टी जी नाल ने उन्हां नूं सारा कुछ पुछांगे भी जिहड़ा सब तो पहला ट्रस्ट का मकसद की है ते इहदे विच की जिहड़ियां सेवावां ने ਉਹ ਆਮ ਲੋਕਾਂ ਨੂੰ ਦਿੱਤੇ ਜਾ ਰਹੇ ਨੇ। ਸਭ ਤੋਂ ਪਹਿਲਾਂ ਤਾਂ ਬਾਬਾ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨਾਲੋਂ ਪਹਿਲਾਂ ਅਸੀਂ ਤੁਹਾਡੇ ਜਿੰਨੇ ਵੀ ਚੈਨਲ ਦੀ ਟੀਮ ਹੈ ਸਾਡੇ ਕੋਲ ਆਏ ਹੋ ਤੁਹਾਡਾ ਤਹਿ ਦਿਲੋਂ ਧੰਨਵਾਦ ਜੀ ਆਇਆਂ ਨੂੰ, ਕਿਉਂਕਿ ਸਾਡੇ ਹਰ ਸਮੇਂ 'ਤੇ ਤੁਸੀਂ ਜਿਵੇਂ ਜਿਵੇਂ ਕੋਈ ਵੀ ਗੱਲਬਾਤ ਆਉਂਦੀ ਹੈ ਸੰਗਤਾਂ ਦੇ ਸਾਹਮਣੇ ਲਿਆਉਂਦੇ ਹੋ ਤੁਹਾਡਾ। ਇਸ ਜਦੋਂ ਅਸੀਂ ਸਾਡੇ ਗੁਰਦੁਆਰਾ ਸਾਹਿਬ ਗੁਰੂ ਰਾਮਦਾਸ ਸਰ ਦੇਸੀ ਦਵਾਖਾਨਾ ਗੁਰੂ ਰਾਮਦਾਸ ਔਰ ਟਰੱਸਟ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਵੈਲਫੇਅਰ ਸੁਸਾਇਟੀ ਰਜਿਸਟਰ 131 ਵੱਲੋਂ ਤੁਹਾਡੇ ਸਾਰੇ ਚੈਨਲ ਦੀ ਟੀਮ ਦਾ ਅਸੀਂ ਤਹਿ ਦਿਲੋਂ ਧੰਨਵਾਦ ਜੀ ਆਇਆਂ ਆਖਦੇ ਹਾਂ ਜੀ। ਬਾਬਾ ਜੀ ਜਿਹੜਾ ਤੁਸੀਂ ਹੁਣ ਟਰੱਸਟ ਸ਼ੁਰੂ ਕਰ ਰਹੇ ਜਾ ਰਹੇ ਹੋ, ਸ਼ੁਰੂ ਵੀ ਕਰਤਾ, ਕੁਛ ਸ਼ੁਰੂਆਤ ਹੋਈ ਹੈਗੀ ਸਾਨੂੰ ਪਤਾ ਲੱਗਿਆ ਅਤੇ ਕਿਸ ਮਕਸਦ ਨਾਲ ਸ਼ੁਰੂ ਕੀਤਾ ਗਿਆ ਹੈਗਾ ਅਤੇ ਕਿੱਥੇ ਕਿੱਥੇ ਦੇ ਜਿਹੜੇ ਲੋਕਾਂ ਨੂੰ ਕੀ ਕੀ ਸੇਵਾਵਾਂ ਦਿੱਤੀ ਜਾਣਗੀਆਂ? ਅਸੀਂ ਜਦੋਂ ਦੇਸੀ ਦਵਾਈਆਂ ਦਾ ਕੰਮ ਸ਼ੁਰੂ ਕੀਤਾ ਸੀਗਾ ਜੀ ਤਾਂ ਉਹਦੇ ਵਿੱਚ ਕੁਝ ਐਸੇ ਇਨਸਾਨ ਆਉਂਦੇ ਹੈ ਜਿਹੜੇ ਬਿਮਾਰੀ ਦੇ ਨਾਲ ਬੜੇ ਦੁਖੀ ਹੁੰਦੇ ਹੈ ਔਰ ਪੈਸੇ ਦੀ ਉਹਨਾਂ ਕੋਲ ਕੋਈ ਕਮੀ ਨਹੀਂ, ਪਰ ਬਿਮਾਰੀ ਨੇ ਇੰਨਾ ਕੁ ਦੁਖੀ ਕੀਤਾ ਹੁੰਦਾ ਹੈ ਔਰ ਜਦੋਂ ਮੇਰੇ ਕੋਲ ਆਉਂਦੇ ਹੈ ਅਸੀਂ ਪੈਸੇ ਦੀ ਕੋਈ ਮੰਗ ਨਹੀਂ ਰੱਖਦੇ ਉਹਨਾਂ ਤੋਂ। ਜਿੰਨੇ ਵੀ ਵੱਡੇ ਪਰਿਵਾਰ ਆਉਂਦੇ ਹੈ, ਗਰੀਬ ਆਉਂਦੇ ਹੈ, ਜੋ ਆਪਣੀ ਸ਼ਰਧਾ ਨਾਲ ਕੋਈ ਦਵਾਈ ਦੇ ਪੈਸੇ ਦਿੰਦਾ ਉਹ ਠੀਕ ਹੈ। ਉਹ ਜਦੋਂ ਠੀਕ ਹੁੰਦੇ ਸੀਗੇ ਤਾਂ ਉਹ ਕਹਿੰਦੇ ਸੀਗੇ ਬਾਬਾ ਜੀ ਅਸੀਂ ਦਾਨ ਕਰਨਾ ਹੈ, ਚਾਹੇ ਗੁਰਦੁਆਰਾ ਸਾਹਿਬ ਦੇ ਵਿੱਚ ਕਰਾ ਲਓ ਚਾਹੇ ਕੋਈ ਸੰਸਥਾ ਬਣਾ ਲਓ, ਤਾਂ ਉਹਨਾਂ ਚੀਜ਼ਾਂ ਨੂੰ ਅਸੀਂ ਮੁੱਖ ਰੱਖਦਿਆਂ ਹੋਏ ਹਾਂ। ਬਾਕੀ ਬਾਹਰਲੀਆਂ ਕੰਟਰੀਆਂ ਦੇ ਵਿੱਚੋਂ ਬਹੁਤ ਸਾਰੇ ਮਰੀਜ਼ ਠੀਕ ਹੁੰਦੇ ਆ, ਬਹੁਤ ਸਾਰੇ ਕਲੱਬ ਕਮੇਟੀਆਂ ਸਾਡੇ ਨਾਲ ਜੁੜੀਆਂ ਹੋਈਆਂ ਨੇ। ਉਹਨਾਂ ਸਾਰਿਆਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਸਾਨੂੰ ਕਿਹਾ ਜਾ ਰਿਹਾ ਸੀ ਵੀ ਕੋਈ ਤੁਸੀਂ ਸੰਸਥਾ ਬਣਾਓ, ਕੋਈ ਟਰੱਸਟ ਬਣਾਓ ਜਿਹਦੇ ਵਿੱਚ ਆਪਾਂ ਗਰੀਬਾਂ ਦੀ ਮਦਦ ਕਰ ਸਕੀਏ, ਕਿਉਂਕਿ ਅਮੀਰ ਦੇ ਨਾਲ ਹਰ ਖੜ ਜਾਂਦਾ, ਗਰੀਬ ਨਾਲ ਕੋਈ ਬਾਂਹ ਫੜਦਾ। ਅਤੇ ਸਾਡਾ ਬਾਬਾ ਨਾਨਕ ਵੀ ਗਰੀਬਾਂ ਦਾ ਯਾਰ ਸੀ, ਇੱਕ ਗਰੀਬ ਬਣ ਕੇ ਅਤੇ ਇੱਕ ਗਰੀਬ ਦੀ ਮਦਦ ਕਰਨੀ ਉਹ ਬਾਬੇ ਨੂੰ ਚੰਗਾ ਭਾਉਂਦਾ ਸੀਗਾ। ਤਾਂ ਇਸ ਕਰਕੇ ਅਸੀਂ ਉਹਨਾਂ ਦੀ ਰਾਹ 'ਤੇ ਚੱਲਦਿਆਂ ਹੋਇਆਂ ਬਹੁਤ ਮਿਹਨਤ ਦੇ ਨਾਲ ਪੰਜਾਬ ਲੈਵਲ 'ਤੇ ਆਪਣਾ ਟਰੱਸਟ ਹੈ ਜਿਹੜਾ ਉਹ ਰਜਿਸਟਰ ਕਰਾਇਆ। ਉਹਦੇ ਵਿੱਚ ਕਾਫੀ ਸੇਵਾਵਾਂ ਰੱਖੀਆਂ ਨੇ, ਜਿਵੇਂ ਗਰੀਬ ਲੜਕੀਆਂ ਨੇ ਪਰਿਵਾਰਾਂ ਦੇ ਵਿੱਚ, ਉਹ ਆਪਣੀ ਲੜਕੀ ਦੀ ਮੈਰਿਜ ਨਹੀਂ ਕਰਾ ਸਕਦੇ, ਬੋਝ ਸਮਝਦੇ ਆਪਦੇ ਉੱਪਰ, ਪਰ ਸਾਡੇ ਬਾਬੇ ਦਾ ਬਚਨ ਸੀ ਸੋ ਕਿਉਂ ਮੰਦਾ ਆਖੀਐ ਜਿੱਤ ਜੰਮੈ ਰਾਜਾਨ। ਉਹਨਾਂ ਬਾਕਾਂ ਨੂੰ ਵੇਖਦਿਆਂ ਹੋਇਆਂ, ਸਤਿਗੁਰੂ ਦਾ ਹੁਕਮ ਮੰਨਦਿਆਂ ਹੋਇਆਂ ਅਸੀਂ ਇਸ ਟਰੱਸਟ ਦੇ ਵਿੱਚ ਪਹਿਲੀ ਸੇਵਾ ਹੀ ਰੱਖੀ ਹੈ ਕਿ ਜੋ ਧੀ ਹੈ ਉਹਨੂੰ ਮਾਰਿਆ ਨਾ ਜਾਵੇ ਕੁੱਖ ਦੇ ਵਿੱਚ, ਉਹ ਕੋਈ ਬੋਝ ਨਹੀਂ, ਉਹਦੇ ਵਿਆਹ ਦਾ ਜਿੰਨਾ ਵੀ ਖਰਚਾ ਹੈ ਉਹ ਸਾਡੇ ਟਰੱਸਟ ਵੱਲੋਂ ਦਿੱਤਾ ਜਾਊਗਾ। ਦੂਸਰੀ ਸੇਵਾ ਜਿਹੜੀ ਉਹ ਗਰੀਬ ਬੱਚਿਆਂ ਦੀ ਪੜ੍ਹਾਈ ਵਾਸਤੇ, ਕਿਉਂਕਿ ਅੱਜ ਦਾ ਅਜੋਕਾ ਸਮਾਂ ਐਸਾ ਹੈ ਪੜ੍ਹਾਈ ਲਿਖਾਈ ਤੋਂ ਬਿਨਾਂ ਬੰਦਾ ਕਾਸੇ 'ਚ ਉੱਗਾ ਵੀ ਨਹੀਂ, ਇਸ ਕਰਕੇ ਗਿਆਨ ਹੈ ਜਿਹੜਾ, ਸਾਹਿਬ ਵੀ ਕਹਿੰਦੇ ਨੇ ਗਿਆਨ ਵੰਡਣਾ ਚਾਹੀਦਾ, ਤਾਂ ਉਹ ਗਿਆਨ ਦੇ ਵਿੱਚ ਵਾਧੇ ਵਾਸਤੇ ਬੱਚੇ ਜਿਹੜੇ ਗਰੀਬ ਨੇ ਉਹ ਮਾਪੇ ਪੜ੍ਹਾ ਨਹੀਂ ਸਕਦੇ, ਬੱਚੇ ਹੁਸ਼ਿਆਰ ਨੇ, ਪੜ੍ਹਾਈ ਦਾ ਖਰਚਾ ਨਹੀਂ ਲੈ ਸਕਦੇ, ਕਿਤਾਬਾਂ ਨਹੀਂ ਲੈ ਸਕਦੇ, ਉਹਨਾਂ ਵਾਸਤੇ ਅਸੀਂ ਕਿਤਾਬਾਂ, ਵਰਦੀਆਂ, ਪੜ੍ਹਾਈ ਦਾ ਖਰਚਾ ਵੀ ਟਰੱਸਟ ਵੱਲੋਂ ਦੇਣ ਦਾ ਫੈਸਲਾ ਕੀਤਾ। ਇਸੇ ਤਰ੍ਹਾਂ ਗਰੀਬ ਪਰਿਵਾਰਾਂ ਦੇ ਵਿੱਚ ਮਰਗਤ ਹੋ ਜਾਂਦੀ ਹੈ, ਮੌਤ ਹੋ ਜਾਂਦੀ ਹੈ, ਉਹਨਾਂ ਤੋਂ ਭੋਗ ਨਹੀਂ ਵਿਚਾਰਿਆਂ ਤੋਂ ਪਾਇਆ ਜਾ ਸਕਦਾ, ਕਰਜ਼ੇ ਚੱਕ ਚੱਕ ਕੇ ਭੋਗ ਪਾਉਂਦੇ ਆ, ਪਹਿਲੀ ਗਰੀਬ ਪਰਿਵਾਰ ਹੁੰਦਾ, ਉਹ ਵੀ ਅਸੀਂ ਇਸ ਟਰੱਸਟ ਦੇ ਵਿੱਚ ਸੇਵਾ ਰੱਖੀ ਹੈ ਵੀ ਉਹਨਾਂ ਪਰਿਵਾਰਾਂ ਦੇ ਵਿੱਚ ਕੋਈ ਗਮੀ ਦਾ ਸਮਾਂ ਆਉਂਦਾ ਉਹਦੇ 'ਚ ਵੀ ਸਾਡਾ ਟਰੱਸਟ ਹੈ ਜਿਹੜਾ ਉਹ ਖੜੇਗਾ। ਬਾਬਾ ਜੀ ਇੱਕ ਇਹ ਤੋਂ ਬਿਨਾਂ ਟਰੱਸਟ ਤੋਂ ਜਿੰਨੇ ਤੁਸੀਂ ਸੇਵਾਵਾਂ ਦੱਸੀਆਂ ਨੇ ਹੁਣ ਤੱਕ ਤੁਸੀਂ ਜਿਹੜਾ ਕੀ ਸੇਵਾ ਜਿਹੜੀ ਕਰ ਚੁੱਕੇ ਹੋਗੇ 2 ਮਹੀਨਿਆਂ ਦੇ ਵਿੱਚ? ਕਿਉਂਕਿ ਟਰੱਸਟ ਹੈ ਜਿਹੜਾ ਰਜਿਸਟਰ ਹੋ ਗਿਆ ਸੀ 2 ਕੁ ਮਹੀਨੇ ਪਹਿਲਾਂ, ਪਰ ਉਸ ਤੋਂ ਬਾਅਦ ਇਹਦੀਆਂ ਕੁਝ ਨਿਯਮ ਹੁੰਦੇ ਨੇ, ਕੁਝ ਸ਼ਰਤਾਂ ਹੁੰਦੀਆਂ ਨੇ, ਜਿਵੇਂ ਖਾਤੇ ਖੁਲਾਉਣੇ ਹੈ ਉਹਦੇ ਵਿੱਚ ਬਹੁਤ ਸਾਰੇ ਕਾਗਜ਼ ਲੱਗਦੇ ਹੈ, ਉਹਨਾਂ ਦੇ ਕਰਦਿਆਂ ਕਰਦਿਆਂ ਸਾਨੂੰ ਆਹ ਪਿਛਲੇ 10-15 ਦਿਨਾਂ ਤੋਂ ਸਾਡਾ ਟਰੱਸਟ ਹੈ ਜਿਹੜਾ ਉਹ ਸੇਵਾ ਕਰਨ ਲਈ ਸ਼ੁਰੂ ਕੀਤਾ ਗਿਆ। ਇਹਦੇ ਵਿੱਚ ਅਸੀਂ ਵੀਡੀਓ ਵੀ ਮੈਂ ਆਪਣੇ ਚੈਨਲ 'ਤੇ ਪਾਈ ਹੋਈ ਹੈ,
गरीब परिवार दे मरगत हो गई सी साडे डसके पिंड च साडे ध्यान दे विच आया 21,000 रुपया उहनां नूं असीं भोग दे उपर उस परिवार नूं मदद कीती जां इक हुण कल साडे कोले परिवार दी सिफारिश पहुंची सीगी कोई लैके आया सीगा वी उहनां दे नौजवान बच्चा 13 साल दा सी गरीब परिवार दा सी उह फाहा लैके मर गया सीगा ते उह परिवार पहले सदमे च सी ਤਾਂ ਉਹਨਾਂ ਦੀ ਵੀ ਅੱਜ ਪੰਚਾਇਤ ਸਾਡੇ ਕੋਲ ਆਈ ਸੀ ਉਸ ਪਰਿਵਾਰ ਦੀ ਵੀ ਅਸੀਂ ਤਨੋ ਮਨੋ ਜੋ ਵੀ ਉਹਨਾਂ ਦੇ ਪਰਿਵਾਰ 'ਚ ਖਰਚਾ ਆਊਗਾ ਭੋਗ 'ਤੇ ਉਹ ਦੇਣ ਲਈ ਅਸੀਂ ਅੱਜ ਉਹਨਾਂ ਨੂੰ ਕਹਿ ਦਿੱਤਾ ਬਾਕੀ ਹੋਰ ਗਰੀਬ ਲੜਕੀਆਂ ਦੇ ਇੱਕ ਦੋ ਸਾਡੇ ਕੋਲ ਆਏ ਹੋਏ ਨੇ ਉਹਨਾਂ ਦੀ ਮੈਰਿਜ ਦੇਖਣ ਲੱਗ ਰਹੇ ਆ ਉਹ ਜਿੱਦਣ ਵੀ ਉਹਨਾਂ ਨੂੰ ਲੜਕਾ ਕੋਈ ਚੰਗਾ ਦਿਸ ਗਿਆ ਉਦਣ ਹੀ ਅਸੀਂ ਉਹਨਾਂ ਲੜਕੀਆਂ ਦੀਆਂ ਸ਼ਾਦੀਆਂ ਕਰਾ ਦਿਆਂਗੇ ਅਤੇ ਇਸ ਤੋਂ ਇਲਾਵਾ ਬਾਬਾ ਜੀ ਤੁਸੀਂ ਇੱਕ ਫੈਸਲਾ ਮੈਨੂੰ ਹੋਰ ਵੀ ਕੀਤਾ ਹੈਗਾ ਵੀ ਜਿਹੜਾ ਸ਼ਹੀਦ ਕਿਸਾਨਾਂ ਅੰਦੋਲਨ ਦੌਰਾਨ ਆਪਣੇ ਪੂਰੇ ਪੰਜਾਬ ਦੇ ਵਿੱਚ ਸ਼ਹੀਦ ਹੋਏ ਨੇ ਉਹਨਾਂ ਦੀ ਕਿਸ ਤਰ੍ਹਾਂ ਸੇਵਾ ਕਰ ਰਹੇ ਹੋ ਕੀ ਤੁਸੀਂ ਉਹਨਾਂ ਨੂੰ ਦੇ ਰਹੇ ਹਾਂਜੀ ਅਸੀਂ ਵੇਖ ਰਹੇ ਸੀਗੇ ਵੀ ਦਿੱਲੀ ਬਾਰਡਰ ਦੇ ਉੱਪਰ ਲੰਗਰ ਦੀ ਕੋਈ ਕਮੀ ਨਹੀਂ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਬਾਬੇ ਨਾਨਕ ਨੇ ਜੋ ਲੰਗਰ ਚਲਾਇਆ 20 ਰੁਪਈਆਂ ਦਾ ਉਹ ਕਦੇ ਮੁੱਕਦਾ ਨਹੀਂ ਉੱਥੇ ਗਰਮ ਕੱਪੜਿਆਂ ਦੀ ਕੋਈ ਕਮੀ ਨਹੀਂ ਉੱਥੇ ਬੂਟਾਂ ਦੀ ਕੋਈ ਕਮੀ ਨਹੀਂ ਹਰ ਇੱਕ ਤਰ੍ਹਾਂ ਦਾ ਸੰਗਤ ਪੰਜਾਬ ਦੇ ਸ਼ੇਰ ਲੰਗਰ ਲਗਾ ਰਹੇ ਨੇ ਬਾਹਰੋਂ ਕੰਟਰੀਆਂ 'ਚੋਂ ਲਗਾ ਰਹੇ ਨੇ ਆ ਕੇ ਇੱਥੇ ਪੂਰਨ ਤੌਰ 'ਤੇ ਉਹਨਾਂ ਦਾ ਸਾਥ ਦਿੱਤਾ ਜਾ ਰਿਹਾ ਪਰ ਸਾਨੂੰ ਇੱਕ ਛੋਟਾ ਜਿਹਾ ਲੱਗਿਆ ਵੀ ਜਿਹੜੇ ਪਰਿਵਾਰਾਂ ਦੇ ਮੈਂਬਰ ਉੱਥੇ ਦਿੱਲੀ ਗਏ ਸੀਗੇ ਉਹ ਸ਼ਹੀਦ ਹੋ ਗਏ ਉਹਨਾਂ ਵਾਸਤੇ ਵੀ ਕੁਛ ਕੀਤਾ ਜਾਵੇ ਬਹੁਤ ਕਮੇਟੀਆਂ ਕਲੱਬ ਕਰ ਰਹੇ ਆ ਤਾਂ ਸਾਨੂੰ ਥੋੜ੍ਹਾ ਜਿਹਾ ਲੱਗਿਆ ਵੀ ਉਹਨਾਂ ਪਰਿਵਾਰਾਂ ਦੀ ਵੀ ਮਦਦ ਸਾਰ ਲਈ ਜਾਵੇ ਇਸ ਕਰਕੇ ਅਸੀਂ ਉਹਨਾਂ ਪਰਿਵਾਰਾਂ ਦੇ ਜੋ ਵੀ ਮੈਂਬਰ ਸ਼ਹੀਦ ਹੋਏ ਨੇ ਉਹਨਾਂ ਨੂੰ ਅਸੀਂ ਸੱਦ ਕੇ ਪੂਰੇ ਤੌਰ 'ਤੇ ਜਿੰਨਾ ਵੀ ਸਾਡੇ ਟਰੱਸਟ ਵੱਲੋਂ ਮਾਣ ਸਤਿਕਾਰ ਰਾਸ਼ੀ ਦਿੱਤੀ ਜਾਊਗੀ ਉਹ ਅਸੀਂ ਫੈਸਲਾ ਲਿਆ ਬਾਬਾ ਜੀ ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈ ਵੀ ਜਿਹੜੇ ਦਿੱਲੀ ਦੇ ਵਿੱਚ ਸ਼ਹੀਦ ਹੋਏ ਨੇ ਵੀ ਉਹ ਪਰਿਵਾਰਾਂ ਦੀ ਮਦਦ ਕੀਤੀ ਜਾਊਗੀ ਕਿਉਂਕਿ ਜਿਹੜਾ ਅੰਦੋਲਨ ਹੈਗਾ ਉਹ 3-4 ਮਹੀਨਿਆਂ ਤੋਂ ਜਿਹੜਾ ਕਿਸਾਨਾਂ ਵੱਲੋਂ ਵਿੱਢਿਆ ਗਿਆ ਹੈਗਾ ਉਸ ਅੰਦੋਲਨ ਵਿੱਚ ਵੀ ਕਾਫੀ ਸ਼ਹੀਦੀਆਂ ਹੋਈਆਂ ਨੇ ਕੀ ਉਹਨਾਂ ਬਾਰੇ ਵੀ ਕੁਛ ਸੋਚਿਆ ਹਾਂਜੀ ਜਿਵੇਂ ਜਿਵੇਂ ਸਾਡੇ ਕੋਲ ਰਿਪੋਰਟਾਂ ਆਉਂਦੀਆਂ ਜਾਣਗੀਆਂ ਕਿਉਂਕਿ ਸਾਡਾ ਜਿਹੜਾ ਟਰੱਸਟ ਹੈ ਹਾਲੇ ਕੋਈ ਬਾਹਲਾ ਵੱਡੇ ਲੈਵਲ 'ਤੇ ਨਹੀਂ ਹੈਗਾ ਪਰ ਜਿੰਨੇ ਜੋ ਕਿ ਅਸੀਂ ਹੈਗੇ ਹਾਂ ਕਿਸਾਨਾਂ ਦੇ ਨਾਲ ਉਹਨਾਂ ਸ਼ਹੀਦ ਪਰਿਵਾਰਾਂ ਦੇ ਮੈਂਬਰ ਨੇ ਜਿਹੜੇ ਉਹਨਾਂ ਦੇ ਨਾਲ ਪੂਰਨ ਤੌਰ 'ਤੇ ਤਨ ਮਨ ਧਨ ਦੇ ਨਾਲ ਅਸੀਂ ਹਰ ਪੱਖੋਂ ਖੜਾਂਗੇ ਬਾਕੀ ਅਸੀਂ ਮੋਦੀ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿਉਂ ਐਵੇਂ ਬੇਗੁਨਾਹ ਕਿਸਾਨਾਂ ਦੀਆਂ ਮੌਤਾਂ ਕਰੀਆਂ ਜਾ ਰਹੀਆਂ ਨੇ ਕਿਉਂ ਉਹਨਾਂ ਨੂੰ ਖੱਜਲ ਖਵਾਰ ਕੀਤਾ ਜਾ ਰਿਹਾ ਹੈ ਉਹਨਾਂ ਪਰਿਵਾਰਾਂ ਨੂੰ ਕਿਉਂ ਖੱਜਲ ਖਵਾਰ ਕੀਤਾ ਜਾ ਰਿਹਾ ਹੈ ਉਹਨਾਂ ਦੀਆਂ ਕਿਉਂਕਿ ਸਾਰੀਆਂ ਜਾਇਜ਼ ਮੰਗਾਂ ਨੇ ਤਾਂ ਉਹਨਾਂ ਦੀਆਂ ਸਾਰੀਆਂ ਮੰਗਾਂ ਮੰਨ ਕੇ ਕਿਸਾਨਾਂ ਨੂੰ ਖੁਸ਼ੀ ਖੁਸ਼ੀ ਘਰ ਵਿਦਾ ਕੀਤਾ ਜਾਵੇ ਬਾਬਾ ਜੀ ਜੇਕਰ ਆਪਾਂ ਗੱਲ ਕਰੀਏ ਪਿਛਲੇ ਦਿਨਾਂ ਦੀ ਪਿਛਲੇ ਦਿਨੀ ਇੱਕ ਕਾਫੀ ਚਰਚਾ ਦੇ ਵਿੱਚ ਆਏ ਸੀ ਵੀ ਬਾਬਾ ਜੀ ਨੇ ਗੁਰਦੁਆਰੇ 'ਤੇ ਕਬਜ਼ਾ ਕਰ ਰੱਖਿਆ ਹੈਗਾ ਅਤੇ ਹੋਰ ਵੀਡੀਓਜ਼ ਪਾਈਆਂ ਸੀ ਨੌਜਵਾਨ ਵੱਲੋਂ ਤੁਹਾਡੇ ਪਿੰਡ ਦੇ ਵੱਲੋਂ ਉਹ ਕੇਸ ਦਾ ਕੀ ਬਣਿਆ ਦੇਖੋ ਜੀ ਉਹ ਬੱਚੇ ਨੇ ਕਾਫੀ ਸਾਡੇ ਖਿਲਾਫ਼ ਵੀਡੀਓ ਪਾਈਆਂ ਹੋਈਆਂ ਨੇ ਅੱਜ ਵੀ ਉਹਦੇ ਚੈਨਲ 'ਤੇ ਮੌਜੂਦ ਨੇ ਨਾਲ ਹੀ ਉਹਨੇ ਇੱਥੋਂ ਕੁਛ ਕੁ ਰਾਜਨੀਤਿਕ ਬੰਦਿਆਂ ਪਿੱਛੇ ਲੱਗ ਕੇ ਸਾਡੇ ਵਿਰੋਧੀ ਕਿਉਂਕਿ ਹਰ ਇੱਕ ਪਿੰਡ 'ਚ ਵਿਰੋਧ ਕਰਨ ਵਾਲੇ ਹੁੰਦੇ ਆ ਕਿਉਂਕਿ ਜਦੋਂ ਕੋਈ ਉੱਪਰ ਮੰਜ਼ਿਲ ਵੱਲ ਨੂੰ ਆਪਣੀ ਵੱਲ ਨੂੰ ਚੱਲਦਾ ਤਾਂ ਉਹਦੀਆਂ ਪਿੱਛੇ ਲੱਤਾਂ ਖਿੱਚਣ ਵਾਲੇ ਹਰ ਇੱਕ ਪਿੰਡ 'ਚ ਹੁੰਦੇ ਆ ਤਾਂ ਉੱਦਾਂ ਹੀ ਸਾਡੇ ਨਾਲ ਸੀਗਾ ਜੀ ਉਹਨਾਂ ਵਿਰੋਧੀਆਂ ਨੇ ਉਹ ਬੱਚੇ ਨੂੰ ਚੁੱਕਿਆ ਚੱਕ ਕੇ ਤਕਰੀਬਨ ਪੰਜਾਬ ਪੁਲਿਸ ਦੇ ਜਿੰਨੇ ਮਹਿਕਮੇ ਨੇ ਉਹਨਾਂ ਦੇ ਵਿੱਚ ਦਰਖਾਸਤਾਂ ਪਰਚੇ ਸਾਡੇ 'ਤੇ ਕਰਾਏ ਸਿਹਤ ਵਿਭਾਗ ਦੇ ਵਿੱਚ ਕਰਾਏ ਅੱਜ ਉਹ ਸਾਰੇ ਜਿੰਨੇ ਵੀ ਉਹਨੇ ਸਾਡੇ 'ਤੇ ਦਰਖਾਸਤਾਂ ਪਹਿਲੀ ਦਰਖਾਸਤ SHO ਲਹਿਰਾ ਦੂਜੀ ਡਰੱਗ ਇੰਸਪੈਕਟਰ DSP ਲਹਿਰਾ ਇਸੇ ਤਰ੍ਹਾਂ SSPD ਸੰਗਰੂਰ SSP ਸੰਗਰੂਰ IG ਪਟਿਆਲਾ DGP ਇਸੇ ਤਰ੍ਹਾਂ ਮਾਣਯੋਗ ਮੁੱਖ ਮੰਤਰੀ ਉਸ ਬੰਦੇ ਨੇ ਹਰ ਇੱਕ ਕਿਤੇ ਸਾਡੇ 'ਤੇ ਦਰਖਾਸਤਬਾਜ਼ੀ ਪਰਚੇ ਕਰਾਏ ਅੱਜ ਪੂਰੀ ਕਾਨੂੰਨ ਦੇ ਵੱਲੋਂ ਹਰ ਇੱਕ ਅਫਸਰ ਵੱਲੋਂ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਪੂਰੀ ਬਰੀਕੀ ਦੇ ਨਾਲ ਜਾਂਚ ਕਰਕੇ ਸਾਰੀਆਂ ਇਨਕੁਆਰੀਆਂ ਨੇ ਜਿਹੜੀਆਂ ਫਾਈਲ ਹੋ ਗਈਆਂ ਮੈਂ ਉਹ RTI ਲੈ ਚੁੱਕੇ ਹਾਂ ਔਰ ਮਾਣਯੋਗ ਅਦਾਲਤ ਮੂਣਕ ਦੇ ਵਿੱਚ ਮੈਂ ਉਹਦੇ 'ਤੇ ਮਾਣਹਾਨੀ ਦਾ ਕੇਸ ਲਾ ਦਿੱਤਾ ਨੋਟਿਸ ਉਹਨੂੰ ਪਹੁੰਚ ਚੁੱਕੇ ਨੇ ਸੋ ਅੱਗੇ ਜੋ ਕਾਰਵਾਈ ਹੈ ਉਹ ਕੋਰਟ ਦੀ ਹੈ ਔਰ ਮੈਂ ਨਾਲ ਹੀ ਸਾਡੇ ਮਾਣਯੋਗ SSP ਸੰਗਰੂਰ ਨੂੰ ਕਹਿਣਾ ਚਾਹੁੰਦਾ ਇਹੋ ਜਿਹੇ ਬੰਦੇ ਕਿਉਂਕਿ ਤੁਸੀਂ ਆਪ ਉਰੇ ਆ ਕੇ ਜਾਂਚ ਕਰ ਸਕਦੇ ਹੋ ਇਹੋ ਜਿਹੇ ਬੰਦੇ 'ਤੇ 182 ਦੀ ਕਾਰਵਾਈ ਹੋਣੀ ਚਾਹੀਦੀ ਬਾਬਾ ਜੀ ਜਿਵੇਂ ਇਹਦੇ ਵਿੱਚ ਉਹਨਾਂ ਨੇ ਵੀਡੀਓ ਪਾਈਆਂ ਨੇ ਜਿਸ ਟਾਈਮ
फिर काफ़ी ढाल जिहड़ा तुहाडा उत्थे काम चल रहा सी दवाइयां दा गाहकां ते भी असर पिया होगा? देखो जी, दो दिन सी साडे ऐतवार ते बुधवार, पहला सिर्फ संडे सी, संगत दा ज़्यादा वधन करके असी बुधवार दिन रख दिता सीगा। पर इस बंदे ने इन्नियां कु गलत वीडियो पा पा के लोकां नूं फोनां दे उपर गलत दस दस के इन्हें असी बुधवार दिन संगत आउणी बिल्कुल बंद हो गई, बुधवार बंद कर दिता है। ऐतवार नूं भी बहुत घट संगत आउंदी है, तां इन्हें साडे बहुत वड्डा गुरद्वारा साहब नूं, ट्रस्ट नूं, मेरे दवाखाने नूं बहुत भारी नुकसान पहुँचाया। इहदा की मकसद नाल जिहड़ा तुहाडे विरुद्ध तुहाडे कोले काम भी करदा रहेगा चार पंज महीने, क्यों वीडियो पाईआं ने, की मकसद नाल पाईआं? देखो जी, इहदे पहलां तां कोई इदां दा नहीं सीगा, क्योंकि जो असी रखिया सी उदू बाद इहदे काफ़ी संगत वल्लों अलांभे आए सीगे वी इत्थे लड़कियां आउंदियां ने उहनां कन्नी माड़ी निगाह रखदा, टोकन बणदा हुंदा सी ऐतवार ते बुधवार नूं, फोन दे उपर काफ़ी बदतमीजी मरीजां दे नाल करदा हुंदा सीगा, गलत गाइड करदा सीगा। वो मेरे कोले ऐतवार ते बुधवार नूं आके संगत जदों इहदियां शिकायतां करदी सी तां असी काफ़ी हद तक इहदे माँ प्यो नूं वी सद्दे रहे, वह नहीं आए गुरद्वारा साहब च। फिर असी इहनूं कह दिता सीगा, कढ़िया नहीं सी, असी यह कहा भी तू अपने माँ प्यो नूं लै के गुरद्वारा साहब च मेरे कोले आई, असी तेरियां कुछ शिकायतां दसनियां ने तां जो अगला कल नूं कोई कहे ना वी साडे बच्चे नूं कढ दित्ता है। पर यह अपने माँ प्यो नूं नहीं लैके आया, उदों बाद साडे विरोधियों नाल रल के इन्हें सारी साजिश रची है। एक इन्हें थोड़े ते इल्जाम लगाया सी भी जिहड़ा बाबा जी ने भी वह बहुत वड्डी तादाद दे विच नशे दीआं गोलियां लिया के बेचते हैं जां दवाइयां दे विच इस्तेमाल करते हैं, तुसीं उहदा किवें, उहनें कोई प्रूफ दिता इस चीज़ का? देखो जी, पहले नंबर ते जिहड़ा बंदा कोई नशे का व्यापारी है उहदे ते किसे ना किसे थाने दे विच जरूर नशे का परचा दर्ज होया होगा। तुसीं किसी भी पंजाब दे थाने दे विच, हिंदुस्तान दे किसी भी पुलिस थाने दे विच जाके मेरे खिलाफ़ कोई भी FIR, कोई भी किसी भी गलत काम दे विच किसी भी तरह का कोई परचा होवे वो मेरे सामने लिया सकते हो। साडा डस्का पिंड है जी, उहदे विच तुसीं किसी एक बंदे तो भी कहा दो भी बाबा गोलियां वेचदा सी जां दवाइयां दे विच पाउंदा सी तां मैं तुहाडा देनदार हाँ। बाकी उस बंदे ने कोई प्रूफ नहीं कर सकिया, SSP दफ्तर दे विच उहनूं कई बारी सद्या गया। हाँ, कई बारी वह कुछ शरारती अफसर जां शरारती बंदे जिहड़े उहदे नाल रल के किसान यूनियन दा पहरावा पा के, किसान यूनियन नहीं हैगियां उहदे नाल, उहदा पहरावा पा के हरियां पग्गां बन के SSP दफ्तर च डराउंदे रहे अफसरां नूं। पर हर एक तरह की जाँच करन तों बाद उन्होंने सानू निर्दोष पाया। वो तो गल इत तक भी कहता सी भी जे मैं भी जे सच्चाई ना लियानी होंगी मूहरे मैं तो बाबा जी तो 60-70 लख रुपया आराम नाल लै सकता सी, कोई ऐसी जी गल मकसद नाल भी हो सकता भी तुहानू बदनाम किया हो? हाँ जी, मेरे कोले असी कोर्ट दे विच भी गवाह लाए है जिहड़े बंदिया नूं उहने सीधे तौर पर कहा है भी मैं वीडियो कट दूंगा, मैं बाबा जी दे जिन्ने खिलाफ दरखास्तां कीतियां ने वो हटा दूंगा, मैनू इन्ने पैसे दे दो मैं समझौता कर लूँगा। क्योंकि गरीब परिवार का बच्चा है जी, क्योंकि 1.5-2 किला जमीन इन्होंने पहला आपदी वेच दिती है सिर्फ बाहर जाने दे चक्कर च, बच्चा इन्हों का गया नहीं गा, तो हो सकता है इस मानसिक तौर पर इन्हें ये साढ़े ते इल्जाम लाए हुण पैसे लैण दी खातर। बाबा जी, एक गल आपां सारिआं तों पहलां भुल गए, अज हैगा जिहड़ा नवां साल भी शुरू हो गया तो 2021 हैगा जिहड़ा वो दस्तक दे चुके हैगा, नवे साल से जिहड़े अपने लोग ने पंजाब दे देश दे ते बाहरलियां कंट्रियां च पंजाबी बस रहे ने उन्हां नूं की संदेश देना चाहो? देखो जी, सारिआं नालों पहलां 2021 है जिहड़ा वो नवां साल की शुरुआत हो चुकी है, साडे वल्लों, मेरे वल्लों और साडे समूह ट्रस्ट धन धन श्री गुरु रामदास वैलफेयर सुसायटी रजिस्टर 131 धन धन श्री गुरु रामदास देसी दवाखाना गुरु रामदास गुरद्वारा साहब वालों देशों विदेशों के विच वस रही सारी संगत नूं नवे साल दियां लख लख वधाइयां मुबारक। ये साल सारिआं दे लई खुशियां भरिया, सुखियां शांतियां भरिया बतीत होवे। बाकी इस साल दे विच कोशिश असी करिए गरीबां दी मदद करिए, साडे देश दे विच बच्चे जिहड़े गरीब ने पढ़ नहीं सकदे उन्हां दी मदद कर सकीए। बाकी सारे अरदास करिए भी जिहड़े दिल्ली दे बार्डर दे उपर किसान बैठे है, ये नवां साल है जिहड़ा उन्हां वास्ते भी खुशियां वाला होवे। मोदी सरकार है जिहड़ी वो सारियां मंगां मन के उन्हां नूं घर दे विच वापस भेजे। अपने ट्रस्ट लई जां गुरु घर लई जां तुहाडे परसनल मैटर लई जे 2020 दी गल करिए किस तरह का रहा?
नहीं साढ़े लिए तो कोई दिक्कत नहीं जी, क्योंकि विरोधी हर एक तरह के होंगे ही है, हर एक बंदे दे विरोधी होंगे है। चलो ठीक है, जिहड़ा बंदा किसी भी तरह उपर नूं चढ़ाई करता है, हर एक तरह के पक्षों विकास करता है, तो वो विरोध के बहुत कुछ हुंदा रहिंदा है, वो कोई गल नहीं। बाकी 2020 साढ़े लिए बहुत वधिया है जी, असी 2020 अपना ट्रस्ट है जिहड़ा रजिस्टर कराया, गरीबां की मदद दे लई अगे आए हैं, बहुत वधिया। बाकी जे असी कहीए किसानों पक्षों साढ़े जिहड़े कार्ज ने जिहड़े साढ़े खेतीबाड़ी दे ने, उहदे वास्ते 2020 है जिहड़ा बहुत माड़ा सीगा, क्योंकि साढ़े किसान परिवारां दी रुजगार खोण वास्ते सरकार ने एक कानून पास किए सी। बाकी करोना वायरस इस साल दे विच आया, वह भी बहुत मदभागी घटना है, भी बहुत परिवारां दे मैंबर ने जिहड़े उस वायरस दे विच मरे, उहनां दे भी असीं पूर्ण तौर ते निंदिया करदे हां, क्योंकि ਇਹ ਵਾਇਰਸ ਵੀ 2020 'ਚ ਆਇਆ। ਮੋਦੀ ਨੇ ਇਹ ਕਿਸਾਨਾਂ ਦੇ ਖਿਲਾਫ਼ ਕਾਨੂੰਨ ਲਿਆਂਦੇ, ਇਹ ਕਾਲੇ ਕਾਨੂੰਨ ਲਿਆਂਦੇ, ਤਾਂ ਇਹ ਇਸ ਪੱਖੋਂ ਬਹੁਤ ਮਾੜਾ 2020। ਬਾਬਾ ਜੀ, ਜਿਵੇਂ ਸਾਡੇ ਦਰਸ਼ਕ ਕੁਛ ਤੁਹਾਡੀ ਬੈਕਗਰਾਊਂਡ ਬਾਰੇ ਵੀ ਜਾਣਨਾ ਚਾਹਾਂਗੇ ਵੀ ਜਿਹੜੀ ਬੈਕਗਰਾਊਂਡ ਸੀ ਉਹ ਕਿਸ ਤਰ੍ਹਾਂ ਸੀ ਜੀ, ਕਿੰਨੀ ਜਾਇਦਾਦ ਸੀ, ਕਿਵੇਂ ਸੀ? ਦੇਖੋ ਜੀ, ਜਦੋਂ ਅਸੀਂ ਪਾਕਿਸਤਾਨ ਤੋਂ ਆਏ ਸੀਗੇ, ਬਾਗੜ ਪਿੰਡ ਤੋਂ, ਗੁਜਰਾਵਾਲੀ ਜ਼ਿਲ੍ਹੇ ਤੋਂ ਸਾਡੇ ਦਾਦਾ ਜੀ ਆਏ ਸੀਗੇ, ਉਹਨਾਂ ਨੂੰ ਇੱਥੇ तकरीबन 100 किले तो उपर जमीन है जिहड़ी अलाउड हुई सीगी। तुसीं पिंड डसके दे विच किसे मर्जी बंदे नूं पुछ सकदे हो सरदार इंदर सिंह बगरेटा बारे। तां उदू बाद काफ़ी परिवार दे विच उलझण ताणियां आईयां, बड़े झखड़ झोले आए, तां काफ़ी जमीन है जिहड़ी उह बर्बाद कर दित्ती। मेरे डैडी खुद नशियां दे विच पै गए उस समें जवानी दे विच, तां काफ़ी जमीन बर्बाद हुई। तो मैं उस चीज़ नूं मैं मुख रखदिया होया भी जिदा साढ़े परिवार दे विच इदां हो सकता, तो पंजाब दे विच बहुत परिवार इदां दे है जिहड़े विचारे गरीबी च आ गए सीगे। मैं भी खुद गरीबी चों, क्योंकि 100 किले दे मालक हुंदिया होया असी बिल्कुल गरीब हो गए सी, जमीन सारी वेगी सी, इस गुरद्वारा साहब दे विच आए सी, इत्थे मालक ने बाह फड़ी, अज मालक की कृपा हैगी। तो मैं सोचदा भी जो साढ़े ते उन्होंने कृपा की असी हर एक गरीब तक पहुँच सकी, ਉਹਨਾਂ ਦੀ ਬਾਹ ਫੜ ਸਕੀ। ਬਹੁਤ ਬਹੁਤ ਧੰਨਵਾਦ ਬਾਬਾ ਜੀ, ਸਾਡੇ ਨਾਲ ਗੱਲਬਾਤ ਕੀਤੀ ਅਤੇ ਬਾਬਾ ਜੀ ਨੇ ਆਪਣੇ ਜਿਹੜਾ ਪਿਛਲੀ ਬੈਕਗਰਾਊਂਡ ਬਾਰੇ ਵੀ ਦੱਸਿਆ, ਪਰਿਵਾਰ ਬਾਰੇ ਵੀ ਦੱਸਿਆ, ਅਤੇ ਕਾਫੀ ਜ਼ਮੀਨ ਜਾਇਦਾਦ ਦੇ ਮਾਲਕ ਸਨ, ਪਰ ਕੋਈ ਟਾਈਮ ਹੁੰਦਾ ਹੈ ਕਾਲ ਚੱਕਰ ਦਾ ਐਸਾ ਵੀ ਜਿਹੜੀ ਸਾਰੀ ਜ਼ਮੀਨ ਹੱਥੋਂ ਖੁਸ ਗਈ। ਪਰ ਬਾਬਾ ਜੀ ਜਿਹੜੇ ਅੱਜ ਦਵਾਖਾਨੇ ਦੇ ਨਾਂ 'ਤੇ ਮਸ਼ਹੂਰ ਨੇ, ਗੁਰੂ ਮਹਾਰਾਜ ਦੀ ਸੇਵਾ ਨੇ ਉਹਨਾਂ ਨੂੰ ਜਿਹੜਾ ਫਲ ਦਿੱਤਾ ਹੈਗਾ, ਉਹ ਲੋਕਾਂ ਦੀ ਸੇਵਾ ਕਰਨ ਦਾ ਜਿੱਥੇ ਜਿੱਥੇ ਫਲ ਦਿੱਤਾ ਹੈਗਾ, ਉੱਥੇ ਬਾਬਾ ਜੀ ਨੂੰ ਵੀ ਆਪਣੀ ਵਧੀਆ ਜ਼ਿੰਦਗੀ ਜਿਉਣ ਦਾ ਇੱਕ ਸਬਕ ਮਿਲਿਆ। ਕੈਮਰਾਮੈਨ ਕਰਮਪ੍ਰੀਤ ਦੇ ਨਾਲ ਜਗਤਾਰ ਬਾਬਾ, ਸਕਾਈ ਨਿਊਜ਼, ਸੰਗਰੂਰ।